ਅਸਲਾਮ ਅਲੈਕਮ ਦੋਸਤੋ, ਕੀ ਹਾਲ ਚਾਲ ਆ? ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਔਰ ਅਲਹਮਦੁਲਿਲਾ ਮੈਂ ਵੀ ਠੀਕ ਠਾਕ ਹਾਂ। ਅੱਜ ਤੱਕ ਤੁਸੀਂ ਰੀਲਸ ਦੇ ਮੈਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਬਸਕ੍ਰਾਈਬ ਕਰ ਲਓ, ਕਿਉਂਕਿ ਅੱਜ ਦਾ ਵਲੋਗ ਬਹੁਤ ਮਜ਼ੇ ਵਾਲਾ ਮਜ਼ੇਦਾਰ ਹੋਣ ਵਾਲਾ ਹੈ। ਅਤੇ ਵਿਊ ਪਹਿਲੇ ਚੈੱਕ ਕਰ ਲਓ, ਵਿਊ ਚੈੱਕ ਕਰ। ਕੈਮਰਾਮੈਨ ਲੋਕਲ ਕੈਮਰਾਮੈਨ ਅੱਜ ਆਇਆ ਪੁੱਲ 'ਤੇ, ਅਤੇ ਬਾਰਿਸ਼ ਵੀ ਪੈ ਰਹੀ ਹੈ, ਅਤੇ ਮੇਰਾ ਕਿਹੜਾ ਮੋਬਾਈਲ ਆ ਨਾ, ਐਂਡਰਾਇਡ ਮੋਬਾਈਲ ਹੈ, ਆਈਫੋਨ ਤਾਂ ਹੈ ਨਹੀਂ, ਇਹਦੇ 'ਚ ਪਾਣੀ ਵਰ ਗਿਆ ਅਤੇ ਫਿਰ ਮੈਨੂੰ ਨਾ ਕਿਹੋ ਕਿ ਤੇਰਾ ਵਲੋਗ ਨਹੀਂ ਆਇਆ। ਠੀਕ ਹੈ, ਅਤੇ ਨਾਲੇ ਇੱਕ ਹੋਰ ਖੁਸ਼ਖਬਰੀ ਹੈ, ਅੱਜ ਮੇਰੇ ਕਜ਼ਨ ਨੇ ਫੋਨ ਕੀਤਾ, ਮੈਂ ਨਹੀਂ ਆਉਣਾ, ਮੈਂ ਤਾਂ ਬਾਰਿਸ਼ 'ਚ ਬਾਹਰ ਨਿਕਲਦਾ ਨਹੀਂ। ਮੇਰੇ ਕਜ਼ਨ ਨੇ ਫੋਨ ਕੀਤੇ ਤਾਂ ਵੀ ਆ ਯਾਰ, ਅਤੇ ਮੈਂ ਟਰੈਲੀਆਂ ਭਰਾ ਰਹੀਆਂ ਰੇਤ ਦੀਆਂ ਚੂੰਡੀ ਨਾਲ ਬਸੈਂਤਰੋਂ, ਅੱਜ ਫਲੱਡ ਵੀ ਆ ਰਿਹਾ, ਥੋੜ੍ਹਾ ਥੋੜ੍ਹਾ ਪਾਣੀ ਵੀ ਆ ਰਿਹਾ, ਪਾਣੀ ਚੈੱਕ ਕਰੋ। ਠੀਕ ਹੈ ਨਾ, ਉਹ ਬੇਰੀ ਵੀ ਟੁੱਟ ਗਈ ਹੈ, ਬੇਰੀ ਵੀ ਟੁੱਟ ਗਈ ਹੈ, ਚੈੱਕ ਕਰ ਸਕਦੇ ਹੋ ਤੁਸੀਂ। ਠੀਕ ਹੈ ਨਾ, ਅਤੇ ਫਿਰ ਇਹਦੇ ਕੋਲ ਤਾਂ ਵਿਊ, ਕੈਮਰਾਮੈਨ ਕੋਲ ਤਾਂ ਵਿਊ ਦਿਖਾਇਆ ਨਹੀਂ ਸਕਦਾ, ਕਿਉਂਕਿ ਉਹਨੂੰ ਪਤਾ ਨਹੀਂ ਕਿਸ ਨਾਲ ਦਿਖਾਉਂਦੇ ਨੇ। ਤਾਂ ਮੈਂ ਤੁਹਾਨੂੰ ਵਿਊ ਚੈੱਕ ਕਰਨਾ, ਅਤੇ ਵਿਊ ਵਿੱਚ ਚੈੱਕ ਕਰਿਓ ਤੁਸੀਂ ਕਿੰਨਾ ਪਿਆਰਾ ਹੈ, ਵਿਊ ਚੈੱਕ ਕਰੋ। ਹੁਣ ਇੰਡੀਆ ਵਾਲਿਆਂ ਨੇ ਪਾਣੀ ਵੀ ਛੱਡ ਛਿਰਿਆ, ਅਤੇ ਵੇਖੋ ਨਾ ਕਿੱਡਾ ਵੱਡਾ ਬਸੈਂਤਰ ਹੋ ਗਿਆ, ਅਤੇ ਉਹ ਬੇਰੀ ਟੁੱਟ ਗਈ ਦੀ ਹੈ, ਪਾਣੀ ਆਉਣ ਦੀ ਵਜ੍ਹਾ ਨਾਲ ਨਾ ਬੇਰੀ ਟੁੱਟ ਗਈ ਹੈ। ਮੇਰਾ ਕਜ਼ਨ ਆ ਭਰਾ ਰਿਹਾ, ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਨਾ ਇੰਟਰੋ ਦੇ ਪਹਿਲੇ ਵੀ, ਅਤੇ ਉਹ ਚੂੰਡੀ ਨਾਲ ਟਰੈਲੀਆਂ ਭਰਾ ਰਿਹਾ ਰੇਤ ਦੀਆਂ, ਅਤੇ ਨਾਲ ਉਹ ਚੋਰੀ ਸਾਹਿਬ ਉੱਤੇ ਖਲੋ ਗਿਆ ਨਾ, ਅਤੇ ਵੇਖਦਾ ਪਿਆ ਉਹ ਟਰੈਲੀਆਂ ਲੱਗੀਆਂ ਨੇ। ਅੱਜ ਇੰਜੋਏ ਵੀ ਹੋ ਰਿਹਾ, ਅਤੇ ਆਪਣੇ ਕਜ਼ਨ ਨੂੰ ਪੁੱਛਦੇ ਹਾਂ ਵੀ ਕਿੰਨੀਆਂ ਟਰੈਲੀਆਂ ਹੈਗੀਆਂ, ਕਿੰਨੀਆਂ ਰਹਿੰਦੀਆਂ ਨੇ, ਉਹ ਚੈੱਕ ਕਰ ਸਕਦੇ ਹੋ ਨਾ। ਬਸੈਂਤਰੇ ਪਾਣੀ ਵੀ ਆ ਰਿਹਾ, ਅਤੇ ਤਾਂ ਵੀ ਨਾ ਚੂੰਡੀ ਨਾਲ ਕਢਵਾਈ ਜਾ ਰਿਹਾ। ਪੈਸੇ ਦੀ ਬੜੀ ਜ਼ਰੂਰਤ ਹੈ, ਕਿਉਂਕਿ ਮੇਰੇ ਕਜ਼ਨ ਨੇ ਵਿਆਹ ਕਰਵਾਉਣਾ ਹੈ, ਅਤੇ ਕਹਿੰਦਾ ਪੈਸਾ ਬੜਾ ਕਮਾਉਣਾ ਚਾਹੀਦਾ, ਉਹ ਮੇਰਾ ਕਜ਼ਨ ਲੱਗੇਗਾ। ਹਾਂਜੀ, ਅਸਲਾਮ ਅਲੈਕਮ। ਵਾਲੇਕੁਮ ਸਲਾਮ, ਕੀ ਹਾਲ ਹੈ ਮੇਰੇ ਕਜ਼ਨਾਂ? ਠੀਕ ਹੈ, ਅਤੇ ਇਹ ਕੰਮ ਸ਼ੁਰੂ ਕਰ ਲਿਆ? ਖੈਰ ਇਹ ਬਾਅਦ 'ਚ ਕਰ ਲੈਣਾ ਇਹ ਕੰਮ ਸ਼ੁਰੂ। ਬਾਰਿਸ਼ ਆ ਰਹੀ ਹੈ ਅਤੇ ਪਾਣੀ ਵੀ ਆ ਰਿਹਾ ਬਸੈਂਤਰ ਦੇ ਵਿੱਚ ਨਾ। ਆਹੋ, ਉਹ ਤਾਂ ਆ ਰਿਹਾ, ਅਤੇ ਹਰ ਬੰਦਾ ਕੰਮ ਵੀ ਲੱਗੇਗਾ, ਅਤੇ ਰੇਤ ਦੀ ਸਭ ਜ਼ਰੂਰਤ ਹੈ। ਆਹਾ, ਮੈਂ ਜਿੰਨੀ ਹੈ ਚਲੋ ਜਿੰਨੀ ਨਿਕਲਦੀ ਹੈ ਕਢਾਉਂਦੇ ਹਾਂ। ਸਹੀ ਗੱਲ ਹੈ, ਕੁਝ ਕਢਵਾ ਕੇ ਬਾਹਰੋਂ ਆ ਰਹੇ ਹਾਂ, ਅਤੇ ਕੁਝ ਜਿਹੜੇ ਨਾਲ ਨਾਲ ਟਰੈਲੀਆਂ ਭਰਾਈ ਜਾ ਰਹੇ ਹਾਂ। ਅਤੇ ਜੇ ਕਿ ਵੀਰ ਭਰਾ ਨੂੰ ਚਾਹੀਦੀ ਹੋਏ ਤਾਂ ਤੁਸੀਂ ਵੀ ਦੇਖ ਲਿਓ, ਆਪਣੇ ਦੱਸ ਲਓ। ਠੀਕ ਹੋ ਗਿਆ, ਚਲੋ ਵਿਜ਼ਿਟ ਚੋਰੀ ਸਾਹਿਬ ਲਾਗੇ ਜਾ ਕੇ, ਅਤੇ ਚਾਹੇ ਚੁੱਕ ਕਰ ਲੈਂਦੇ ਹਾਂ, ਸ਼ਾਇਦ ਲੋ ਮੱਛੀਆਂ ਨਿਕਲ ਆਏ, ਸੋਨਾ ਨਿਕਲ ਆਏ, ਅਤੇ ਉਹਦਾ ਵੀ ਕੋਈ ਕੰਮ ਬਣ ਸਕਦਾ ਕਿ ਨਹੀਂ। ਨਹੀਂ ਮੇਰੇ ਕਜ਼ਨਾਂ, ਉਹ ਪੁਰਾਣੇ ਕਿਤੇ ਦਾਦਿਆਂ ਪਰ ਦਾਦਿਆਂ ਦਾ ਕਿਤੇ ਸੋਨਾ ਹੋਏਦਾ ਹੋਇਆ ਨਾ ਥੱਲੇ, ਨਿਕਲ ਸਕਦਾ, ਅਤੇ ਜਲਨੇ ਆ ਥੱਲੇ, ਅਤੇ ਇੰਜੋਏ ਬਸ ਅੱਜ ਫੁੱਲ ਇੰਜੋਏ ਹੋ ਰਿਹਾ। ਮਾਹੌਲ ਚੈੱਕ ਕਰੋ ਸਾਡੇ ਪਿੰਡ ਦਾ, ਠੀਕ ਆ, ਬਹੁਤ ਮਜ਼ੇ ਵਾਲਾ। ਹੁਣ ਚੱਲਦੇ ਹਾਂ, ਚੱਲੇ ਹਾਂ ਥੱਲੇ, ਅਤੇ ਥੱਲੇ ਜਾ ਕੇ ਨਾ, ਅਤੇ ਇੱਕ ਟਰੈਲੀ ਚਲਾ ਗਈ ਹੈ, ਹੋਏ ਕਿ ਨਾ ਥੱਲੇ ਜਾ ਕੇ ਦੱਸਦੇ ਹਾਂ, ਜਾ ਕੇ ਚੂੰਡੀ ਵੀ ਕਿਸ ਤਰ੍ਹਾਂ ਪਾਣੀ ਕੱਢਦੇ, ਅਤੇ ਇੱਕ ਟਰੈਲੀ ਚਲਾ ਗਈ ਹੈ, ਅਤੇ ਇੱਕ ਕੱਢਦੇ ਹਾਂ। ਅੱਜ ਫੁੱਲ ਇੰਜੋਏ ਹੋ ਰਿਹਾ, ਪੁੱਲ 'ਤੇ ਫਿਰਨੇ ਪਏ ਹਾਂ, ਮਜ਼ੇ ਲੈਣ ਦੇ ਹਾਂ, ਜੈਸ਼ੀਆਂ ਮਾਰਨੇ ਪਏ ਹਾਂ, ਬਾਰਿਸ਼ ਪੈਣ ਦੀ ਹੈ। ਵੀਡੀਓ ਨਾਲ ਐਂਡ ਤੱਕ ਲਾਜ਼ਮੀ ਜੁੜਿਆ ਰਹਿਣਾ, ਬਹੁਤ ਅੱਛੀ ਵੀਡੀਓ ਬਣਨ ਲੱਗੀ ਹੈ। ਮੈਂ ਆਪਣੇ ਕਜ਼ਨ ਨੂੰ ਪੁੱਛਦੇ ਹਾਂ ਵੀ ਕਿੰਨੇ ਕੁ ਇੱਕ ਟਰੈਲੀ ਦੇ ਕਿੰਨੇ ਪੈਸੇ ਨੇ, ਔਰ ਕਿੰਨੀਆਂ ਭਰਾਈਆਂ ਨੇ ਸੁਬਾਹ ਦਾ ਆਏ ਦਾ ਹੈ। ਅਤੇ ਹਾਂ, ਮੇਰਾ ਕਜ਼ਨਾਂ ਕਿੰਨੀਆਂ ਕੁ ਭਰਾਈਆਂ ਨੇ ਸੁਬਾਹ ਦੀਆਂ? ਜਨਾਬ ਇਹ ਸੁਬਾਹ ਦੀਆਂ 35 ਟਰੈਲੀਆਂ ਭਰਾਈਆਂ ਨੇ। ਸਹੀ ਆ, 35 ਟਰੈਲੀਆਂ ਭਰਾ ਰਹੀਆਂ ਨੇ ਰੇਤ ਦੀਆਂ? 35 ਟਰੈਲੀਆਂ ਭਰਾ ਰਹੀਆਂ। ਅੱਛਾ, ਅਤੇ 15 ਟਰੈਲੀਆਂ ਜਿਹੜੀਆਂ ਨਾ ਉਹ ਬਾਹਰ ਕੱਢ ਕੇ ਲਵਾਈਆਂ ਨੇ। ਠੀਕ ਹੈ, ਨਾਲ ਨਾਲ ਭਰਾ ਰਹੀਆਂ। ਆਹੋ ਵੇਖਾਂ, ਪਿੱਛੇ ਲੱਭਦੀਆਂ ਪਈਆਂ ਨੇ, ਭਰੋ ਰਹੀਆਂ ਨੇ, ਇੱਕ ਭਰੋ ਗਈ ਹੈ। ਹਾਂਜੀ, ਅਤੇ ਇਹ ਮੇਰੇ ਕਜ਼ਨ ਦਾ ਆਪਣਾ ਬਿਜ਼ਨਸ ਹੈ, ਠੀਕ ਹੈ ਨਾ, ਇੱਕ ਚੂੰਡੀ ਰੱਖੀ ਦੀ ਹੈ, ਅਤੇ 2-4 ਟਰੈਲੀਆਂ ਹੋਰ ਦੀਆਂ ਨੇ, 2-4 ਆਪਣੀਆਂ ਰੱਖੀ ਦੀਆਂ ਨੇ ਜ਼ਾਤੀ, ਅਤੇ ਇਹੀ ਬਿਜ਼ਨਸ ਚੱਲਦਾ ਆ, ਹੋਰ ਵੀ ਇਹਨਾਂ ਦੇ ਬਿਜ਼ਨਸ ਬੜੇ ਨੇ। ਅਤੇ ਮੈਂ ਕਿਹਾ ਯਾਰ ਮੈਨੂੰ ਵੀ ਕਿਤੇ ਲਾਹਰੋ,
ਮਾਨੂੰ ਕਹਿੰਦੇ ਨੇ ਯਾਰ ਤੇਰੀ ਆਪਣੀਆਂ ਟਰੈਲੀਆਂ, ਤੇਰੀ ਆਪਣੀ ਚੂੰਡੀ ਆ ਤੇ ਤੂੰ ਵੀ ਕਰਦਾ ਰਹੇ ਕਰ। ਮੈਂ ਕਿੰਨੇ ਪੈਸੇ ਲੈਣਾ ਆ ਯਾਰ ਇੱਕ ਟਰੈਲੀ ਦੇ? ਭਾਈ ਚੂੰਡੀ ਆਪਣੀ ਰੱਖੀ ਦੀ ਹੈ ਤੇ 500 ਰੁਪਇਆ ਇਕੱਲਾ ਭਰਨ ਦਾ ਹੀ ਲੈਂਦੇ ਨੇ, ਤੇ ਹੋਰ ਕੀ ਚਾਹੀਦਾ? 35 ਭਰਾਹੜੀਆਂ ਤੇ ਹੋਰ 50 ਭਰਾ ਆ ਤੇ ਇਹਨਾਂ ਦਾ ਕਾਪੀਆਂ ਪੱਕੀਆਂ ਹੀ ਐਡੀਆਂ ਐਡੀਆਂ ਮੋਟੀਆਂ ਕਾਪੀਆਂ ਪੱਕੀਆਂ ਨੇ। ਠੀਕ ਹੈ ਨਾ, ਅਤੇ ਲਾਗੇ ਜਾ ਕੇ ਤੁਹਾਨੂੰ ਦੱਸਦੇ ਹਾਂ। ਜਨਾਬ ਜੋ ਹੋਣਾ ਟਰੈਲੀਆਂ ਦੇ ਚਾਚੂ ਨੇ ਉਹ ਵੀ ਸਾਡੇ ਪਾਸ ਨੇ। ਅਸਲਾਮ ਵਾਲੀਕਮ, ਕੀ ਹਾਲ ਹੈ ਚਾਚੂ? ਠੀਕ ਹੋ? ਹੋਰ ਸਭ ਖੈਰ ਹੈ? ਇੱਕ ਚਾਚੂ ਐ ਨੇ, ਚਾਚੂ ਕੀ ਖੈਰ ਹੀ ਹੈ? ਖੈਰ ਹੀ ਭਰਾਵਾ, ਪਰੇਸ਼ਾਨ ਬੈਠੇ ਦੇ ਵੀ ਚਲੋ ਰੇਤ ਬਾਹਰ ਕਢਾ ਦੇ ਸਾਡੀ। ਅਤੇ ਰੇਤ ਕਢਾ ਕੇ ਰੇਤ ਨਿਕਲ ਆਈ, ਇੱਕ ਹੈ ਭਾਈ ਨੇ ਬੜੇ ਪਿਆਰੇ ਸਾਡੇ, ਕੀ ਨਾਂ ਹੈ ਭਾਈ? ਨਿਆਜ਼ ਅਲੀ ਭਾਈ ਨਾ, ਹਮਾਰੇ ਬੜੇ ਪਿਆਰੇ। ਕੀ ਕਹਿ ਰਹੇ ਸੀ? ਭਾਈ ਸਾਹਿਬ ਚੂੰਡੀ ਵਾਲਾ ਜਿਹੜਾ ਬੰਦਾ ਰੱਖੇ ਦਾ ਨਾ, ਉਹ ਬਹੁਤ ਢਿੱਲਾ ਬੰਦਾ ਹੈ, ਉਹ ਚੱਜ ਕਹਿੰਦਾ ਯਾਰ ਜਲਦੀ ਜਲਦੀ ਨਾਲ ਕੱਢ ਦੇ ਅਤੇ ਕਰ ਦਿੰਦੇ ਹਾਂ ਤੁਹਾਡਾ ਕੰਮ ਜਲਦੀ ਜਲਦੀ। ਉਹ ਵਿਚਾਰੇ ਹਰੇ ਭੁੱਖੇ ਬੈਠੇ ਦੇ ਨਾ, ਉਹਨਾਂ ਨੂੰ ਫਿਰ ਰੋਟੀ ਖਾ ਲਈ, ਕਹਿੰਦਾ ਰੋਟੀ ਵੀ ਖਾ ਲਈ ਹੈ। ਅਤੇ ਇਹ ਚੋਰੀ ਸਾਹਿਬ ਚੂੰਡੀ ਵਾਲੇ ਬੰਦੇ ਲਾਗੇ ਆ ਗਏ, ਕਿਹੜਾ ਬੰਦਾ ਅੱਗੇ ਹੁਨਰ ਹੈ। ਠੀਕ ਹੈ ਨਾ, ਅਤੇ ਤੁਹਾਨੂੰ ਦੱਸਦੇ ਹਾਂ ਭਾਈ ਚੂੰਡੀ ਦਾ ਕਿਹੜਾ ਬੰਦਾ ਹੁਨਰ ਹੈ, ਅਤੇ ਉਹਨੂੰ ਮਿਲਾਉਂਦੇ ਹਾਂ ਤੁਹਾਨੂੰ। ਕਿੰਨੀਆਂ ਕੁ ਟਰੈਲੀਆਂ ਕੱਢ ਛੇ? ਅਸਲਾਮ ਵਾਲੀਕਮ, ਕੀ ਹਾਲ ਹੈ? ਕਿੰਨੀਆਂ ਕੁ ਜਨਾਬ ਟਰੈਲੀਆਂ ਕੱਢ ਛੇਰੀਆਂ ਨੇ, ਔਰ ਕਿੰਨੀਆਂ ਕੁ ਰਹਿੰਦੀਆਂ ਨੇ? ਠੀਕ ਹੈ, 50-55 ਟਰੈਲੀਆਂ ਤੋਰਾ ਗਈਆਂ ਨਾ ਭਾਈ ਉਹਨਾਂ ਦੀਆਂ। ਅਤੇ ਅੱਗੇ ਟਾਰਗੇਟ ਕਿੰਨਾ ਕੁ ਹੈ? ਟਾਰਗੇਟ ਯਾਰ ਹਾਲੇ ਤਾਂ ਮੇਰਾ ਖਿਆਲ 3 ਵਜੇ ਨੇ, ਅਤੇ ਜ਼ਿਆਦਾ ਤੋਂ ਜ਼ਿਆਦਾ ਹੋਰ ਜਿਹੜੀਆਂ ਨੇ ਮੇਰਾ ਖਿਆਲ ਕੋਈ 20 ਟਰਾਲੀਆਂ ਜੋ ਭਰੀ ਜਾਣੀਆਂ। 20 ਟਰਾਲੀਆਂ ਯਾਨੀ ਕਿ 100 ਟਰਾਲੀ ਦਾ ਟਾਰਗੇਟ ਆ ਭਾਈ ਉਹਨਾਂ ਦਾ, ਅਤੇ 100 ਟਰਾਲੀ ਇਹ ਕੰਪਲੀਟ ਹੋ ਜਾਣੀ ਆ ਸ਼ਾਮ ਤੱਕ। ਠੀਕ ਉਹ ਸਿੱਧੀ ਪਾ ਖੋਬੇ ਵਾਲੀ ਨਾ ਪਾ ਕੇ ਦੇ ਚਾਚੂ ਨੂੰ। ਚੌਕ ਸ਼ਰੀ ਦੀ ਉਹ ਚਾਚੇ ਨੇ ਚੋਰੀ ਸਾਹਿਬ, ਅਸੀਂ ਮੇਨ ਮਿਸ਼ਨ 'ਤੇ ਚੱਲੇ ਹਾਂ। ਇਹ ਤਾਂ ਛੋਟੇ ਮੋਟੇ ਮਿਸ਼ਨ ਹੀ, ਵੱਡਾ ਮਿਸ਼ਨ ਤੁਹਾਨੂੰ ਦੱਸ ਰਹੇ ਹਾਂ। ਉਹ ਆਪਣੇ ਕਜ਼ਨ ਕੋਲ ਪੁੱਛ ਰਹੇ ਹਾਂ, ਹਾਂ ਕਿੱਥੇ ਜਾ ਰਹੇ ਹਾਂ ਹੁਣ? ਫਿਰ ਜਨਾਬ ਹੁਣ ਸਾਡਾ ਸੌਖਾ ਕੰਮ ਨਹੀਂ, ਇਹ ਅੱਗੇ ਚੜ੍ਹਾਈ ਹੈ ਅਤੇ ਉੱਥੋਂ ਗੱਡੀ ਅੱਗੇ ਟੋਚਨ ਪਾ ਕੇ ਤਾਂ ਕਰਨੀਆਂ ਨੇ। ਠੀਕ ਹੈ, ਫਰਜ਼ ਅਦਾ ਕਰਨਾ ਫਿਰ ਅੱਗੇ, ਅਤੇ ਤੁਹਾਨੂੰ ਜਨਾਬ ਉੱਥੇ ਜਾ ਕੇ ਮਿਲਣੇ ਹਾਂ, ਕਿਤੇ ਟੋਚਨ ਪਾ ਕੇ ਤਾਂ ਉਹਨੂੰ ਚਾੜਨੀ ਹੈ। ਚੋਰੀ ਸਾਹਿਬ ਮੇਨ ਮਿਸ਼ਨ 'ਤੇ ਅਸੀਂ ਪੁੱਜ ਗਏ ਹਾਂ, ਅਸਲ ਮਿਸ਼ਨ ਇਹ ਵਾਲੀ ਜਗ੍ਹਾ 'ਤੇ। ਠੀਕ ਹੈ ਨਾ, ਉਹ ਟੋਚਨ ਪੈ ਰਿਹਾ, ਹੁਣ ਇਹਦੀ ਚੜ੍ਹਾਈ ਕੱਢਣੀ ਹੈ ਇਹਨਾਂ ਨੇ, ਅਤੇ ਕਦੋਂ ਚੜ੍ਹਾਈ ਹੁੰਦੀ ਹੈ ਤਾਂ ਤੁਹਾਨੂੰ ਦੱਸਦੇ ਹਾਂ। ਸਾਹਿਬ ਅਸੀਂ ਜੋ ਇਹਦਾ ਹੁਨਰ ਹੈ ਨਾ, ਹੁਸੈਨ ਦਾ ਜੋ ਪਰਚੀ ਪੁਰਚੀ ਕੱਢ ਕੇ ਦਿੰਦਾ,
ਇਹ ਚੋਰੀ ਸਾਹਿਬ ਨੇ ਅਸਲਾਮ ਅਲੈਕਮ ਠੀਕ ਹੈ ਨਾ ਅਤੇ ਇਹ ਉਸਤਾਦ ਨੇ ਸਾਡੇ ਅਤੇ ਇਹ ਚੋਰੀ ਸਾਹਿਬ ਨੇ ਦੱਸੋ ਜਨਾਬ ਮੇਰੇ ਕਜ਼ਨਾਂ ਇਹ ਜਨਾਬ ਸਾਡਾ ਮੁਨਸ਼ੀ ਸਾਹਿਬ ਨੇ ਤੇ ਇਹਨਾਂ ਪਰਚੀ ਕੱਟ ਕੇ ਇਹਨਾਂ ਹੀ ਦੇਣੀ ਹੈ ਅੱਛਾ ਅਤੇ ਜੋ ਵੀ ਕਰਨਾ ਇਹਨਾਂ ਹੀ ਕਰਨਾ ਅਸੀਂ ਇਹਨਾਂ ਕੋਈ ਸ਼ਾਮੀ ਹਿਸਾਬ ਲੈਣਾ ਇਹਨਾਂ ਪਰਚੀ 'ਤੇ ਦੇ ਦੇਣਾ ਹਿਸਾਬ ਹੀ ਸਹੀ ਹੋ ਗਿਆ ਅਤੇ ਪੁੱਛ ਲਓ ਤੁਸੀਂ ਆਪਣੇ ਵੀ ਕਿੰਨੀ ਪਰਚੀ ਲੈ ਦੇਣਾ ਕਿੰਨੀ ਪਰਚੀ ਲੈ ਰਹੇ ਹੋ ਹੁਨਰ ਸਾਹਿਬ 1200 ਰੁਪਇਆ ਪਰਚੀ ਦਾ ਲੈ ਰਹੇ ਨੇ ਗੁੰਜਾਇਸ਼ ਕਰਕੇ ਤੇ 500 ਭਰਾਈ ਬਸ ਤੇ 500 ਭਰਾਈ ਬਸ ਹਾਂਜੀ ਤੇ ਉਹ ਟੋਚਨ ਪੈ ਰਿਹਾ ਤੇ ਹੁਣ ਤੁਹਾਨੂੰ ਦੱਸ ਰਿਹਾ ਮੁਨਸ਼ੀ ਸਾਹਿਬ ਆਏ ਨੇ ਹੁਣ ਪਰਚੀ ਪੁਰਚੀ ਕੱਟਣ ਤੇ ਤੁਹਾਨੂੰ ਦੱਸ ਰਿਹਾ ਗਾ ਕੁੜੀ ਜਾਣਾ ਤੁਹਾਨੂੰ ਠੀਕ ਹੈ।